ਵਿਆਹ ਦੀ ਹੋ ਗਈ ਤਿਆਰੀ, ਆਪਾਂ ਤੁਰ ਲੱਗੇ ਘਰੋਂ, ਹੋ ਗਏ ਪਰ ਲੇਟ ਕਾਫੀ। ਚਲੋ ਨੂਰ ਵੇਟ ਕਰ ਰਿਹਾ। ਚਲੋ ਜੀ ਹਰਪ੍ਰੀਤ ਜੀ ਤੁਸੀਂ ਚਲਾਓਗੇ? ਨਹੀਂ? ਚੱਲ ਠੀਕ ਹੈ ਫਿਰ। ਭੈਣ ਜੀ ਵੀ ਆ ਗਏ ਨੇ, ਇਹਨੂੰ ਆ ਕੇ ਚਲੋ ਵਿਆਹ ਵਿਖਾ ਕੇ ਲਿਆਉਂਦੇ ਤੁਹਾਨੂੰ। ਚਲੋ ਜੀ ਆ ਗਏ ਟਾਈਮ ਸਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਭਾਜੀ ਕੀ ਹਾਲ ਚਾਲ ਜੀ? ਵਧੀਆ ਜੀ। ਚਲੋ ਜੀ ਆਪਣੀ ਤਿਆਰੀ ਹੋ ਗਈ ਹੈ, ਅਸੀਂ ਜਾ ਰਹੇ ਹੁਣ ਵਿਆਹ 'ਤੇ। ਭੈਣ ਜੀ ਦੀ ਮਗਰ ਆ ਗਏ ਨੇ, ਹੁਣ ਆਪਾਂ ਜਾ ਰਹੇ ਹਾਂ। ਦੇਖੋ ਕਿੰਨੇ ਵੀ ਨਿਕਲਦਾ ਜਾਮ ਹੁਣ। ਚਲੋ ਜੀ ਹੁਣ ਅਸੀਂ ਜਾ ਰਹੇ ਹਾਂ, ਰਸਤੇ 'ਚ ਲੱਗਾ ਸੀ ਬਹੁਤ ਜ਼ਿਆਦਾ ਜਾਮ, ਹੁਣ ਹੀ ਪਿੰਡਾਂ ਦੇ ਵਿੱਚੋਂ ਜਾ ਰਹੇ ਪੁੱਛ ਪੁੱਛ ਕੇ। ਵੇਖੋ ਕਿੰਨੇ ਵਜੇ ਪਹੁੰਚਦੇ ਹਾਂ, ਕੋਈ ਸਮਝ ਨਹੀਂ ਲੱਗਦੀ ਵੀ। ਲਓ ਜੀ ਪਹੁੰਚ ਗਏ ਆਪਾਂ। ਆਪਾਂ ਪਹੁੰਚ ਗਏ ਜੀ ਸਟਰਲਿੰਗ ਰਿਜ਼ੋਰਟ। ਸਟਰਲਿੰਗ ਰਿਜ਼ੋਰਟ ਚਾਬੀ ਇਹਨਾਂ ਨੂੰ ਫੜਾ ਦੇਣੀ ਆਪਾਂ। ਆਪਾਂ ਪੈਲਸ ਪਹੁੰਚ ਗਏ ਹਾਂ ਅਤੇ ਗੱਡੀ ਰੱਖ ਲਈ ਇਹਨਾਂ ਨੇ। ਅੱਗੋਂ ਸੱਭਿਆਚਾਰਕ ਵਾਲੇ ਤੁਰੇ ਆਉਂਦੇ ਨੇ। ਨੂਰ ਭਾਈ ਹੈ, ਲਓ 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 ਜਲਦੀ ਲਓ। ਉਹ ਨੂਰ ਭਾਈ ਸਾਹਿਬ ਜੀ ਆ ਗਏ ਅਤੇ ਸ਼ੇਰੇ ਭਾਈ ਸਾਹਿਬ ਜੀ ਆ ਗਏ ਨੇ। ਪਹੁੰਚ ਗਏ ਅਸੀਂ ਪੈਲਸ ਦੇ ਅੰਦਰ। ਆ ਪਹੁੰਚ ਗਏ ਜੀ। ਉਹ ਨੂਰ ਭਾਜੀ ਵਧੀਆ ਜੀ, ਐ ਨਜ਼ਾਰੇ ਤੁਹਾਡੇ ਭਰਾਵਾ ਲਾ ਲਿਆ ਹਿਸਾਬ ਤੁਹਾਡਾ। ਮੈਂ ਬੜਾ ਜਾਮ ਸੀ ਵੀਰੇ, ਉਹ ਫਿਰ ਪਿੰਡਾਂ ਦੇ ਵਿੱਚੋਂ ਘੁੰਮ ਘੁੰਮਾ ਕੇ ਆਏ ਆ, 2.5 ਘੰਟੇ ਲਾ ਕੇ ਸਾਨੂੰ ਆਉਣ ਲੱਗਿਆ ਜੀ। ਠੀਕ ਹੈ ਨਾ? ਆਹੋ ਇਹ ਪੱਲਾ ਪਾਪੜੀ ਆ ਗਈ ਜੀ। ਭਰੋ 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 ਭਾਈ ਸਾਹਿਬ ਜੀ, ਗੋਲ ਗੱਪੇ ਭਰੋ ਤੁਸੀਂ। ਇਹ ਆ ਗਿਆ ਡੋਸਾ। ਇਹ ਬਣਦੀ ਪਈ ਆਲੂ ਵਾਲੀ ਟਿੱਕੀ ਇਸੇ ਤਰ੍ਹਾਂ ਨਾ ਵੀਰ ਜੀ। ਇਹ ਮਨਚੂਰੀਅਨ ਦਾ ਸਮਾਨ ਹੈ ਜੀ, ਇਹ ਮਨਚੂਰੀਅਨ ਬਣਦਾ ਪਿਆ। ਇੱਧਰ ਭਾਈ ਸਾਹਿਬ ਬਣਾ ਰਹੇ ਨੇ ਨਿਊਡਲ। ਇਹ ਆ ਗਿਆ ਪੋਪਕੋਰਨ। ਇਹ ਆ ਗਿਆ ਜੀ ਸਵੀਟ ਕੋਰਨ। ਇਹ ਭਾਈ ਸਾਹਿਬ ਬਣਦੀ ਪਈ ਕੋਟਨ ਕੈਂਡੀ। ਵਾਹ ਜੀ ਵਾਹ। ਇਹ ਬਣ ਗਿਆ ਜੀ ਕੋਟਨ, ਸਵਾਦ ਇੱਕੋ ਹੀ ਹੈ। ਇਹ ਬਣਦੀ ਆ ਪਈਆਂ ਚਾਂਪਾਂ ਜੀ, ਮਸ਼ਰੂਮ ਹੈ ਨਾ ਭਾਈ ਸਾਹਿਬ ਵਾਲੀ, ਇਹ ਮਸ਼ਰੂਮ ਹੈ, ਇਹ ਚਾਂਪ ਹੈ। ਠੀਕ ਹੈ ਜੀ, ਇਹ ਪਨੀਰ ਟਿੱਕਾ ਹੈ। ਇਹ ਰੋਸਟ ਹੋਏਗਾ ਅਤੇ ਬਹੁਤ ਖਾਣ ਦੇ ਸਵਾਦ ਬਣਦਾ। ਇਹ ਸਾਡੇ ਇਹ ਚੈਂਬਰ 'ਚ ਬਹੁਤ ਵਧੀਆ ਜੀ, ਬਹੁਤ ਵਧੀਆ ਜਨਾਬ, ਬਹੁਤ ਵਧੀਆ ਵੀਰੇ। ਗੋਲ ਗੱਪੇ ਅਤੇ ਡੋਸਾ ਹਰਪ੍ਰੀਤ ਜੀ, ਸਵਾਦ ਹੈ ਨਾ? ਬਹੁਤ ਵਧੀਆ ਲੱਗਾ। ਓਕੇ ਬਣਦਾ ਪਿਆ ਚੈਂਬਰ ਚਿਕਨ ਜੀ। ਇਹ ਭਾਈ ਸਾਹਿਬ ਜੀ ਕੀ ਬਣਦਾ ਪਿਆ? ਚਿਕਨ ਟਿੱਕਾ, ਟੰਗੜੀ ਕਬਾਬ, ਮਲਾਈ ਚਿਕਨ ਟਿੱਕਾ। ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਪੂਰੀਆਂ ਰੌਣਕਾਂ ਲੱਗੀਆਂ। ਇਹ ਬਣਦਾ ਪਿਆ ਜੀ ਜੂਸ। ਜੂਸ ਕੱਢ ਦਾਂਗੇ ਖਾਲੀ, ਜੂਸ ਕੱਢ, ਜੂਸ ਕੱਢ, ਜੂਸ ਕੱਢੋ, ਕੱਢੋ ਜੂਸ ਫਟਾਫਟ, ਪ੍ਰਾਹੁਣੇ ਆ ਗਏ ਆ, ਹੁਣ ਜੂਸ ਕੱਢ ਦਿਓ, ਹਨੇਰੀ ਲਿਆ ਦਿਓ ਇੱਕ ਰਾਂ ਜੂਸ ਵਾਲੀ। ਬੜਾ
लो जी मुर्गे रोस्ट होने लगे मुर्गे। केक रखो ना यार की करते पेजे मैं जो बरात आ रही है फेरे खान के मुंह लगा देंगे ना। हां बे ठीक है मेरा वीर जी मर्जी आ चमचम देखो बहुत स्वाद होती है। ये आ गया आमलेट, ये आ गया मटन, ये मटन टिक्का भी कोट गलेज जी ठीक हो गया जी। हजे नहीं नूर हरी आ रहा फिर खाने हैं है? लेग पीस खाओ बाबा जी लेग पीस खाओ ताडे हाथ लैन आए आ छको 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 वाहेगुरु जी की फतेह सत श्री अकाल।
गले मिलो गले मिलो सामने देखो ਬੋਲ ਕੇ ਸਨੇ ਪੂਰੇ ਕਰ ਲੋ ਜੰਗਲਾਂ ਚ ਪਿਆਦਾ ਤਾਂ ਮਿਲਦਾ ਡੰਗਰ ਵਛਿਆ ਗਲੇ ਮਿਲੋ ਇੱਕ ਫੁੱਲੇ ਸ਼ਾਹ ਅੱਡੀ ਨਾਲ ਕਰੇ ਮਿਲਦਾ ਦੀਪਾਂ ਸੱਚੀਆਂ ਨੂੰ ਸਾਹਮਣੇ ਦੇਖਦੇ ਸਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ
ਵੇਖੋ ਜੀ ਭਰਾਵਾਂ ਦਾ ਪਿਆਰ। ਓਏ ਕਿਆ ਬਾਤ ਹੈ, ਉਹ ਬੱਲੇ ਨੂਰ ਪਾ ਸ਼ੇਰਿਆ ਛੱਕ ਯਾਰ, ਖਾ ਰੋਟੀ ਤੂੰ ਵੀ। चलो यार चलिए। कठे लो कठे, आ दो शेर साढ़े आए, आ क्या बात है क्या बात है, ए आ प्यार नदा। दो शेर पंजाब दे ਗਿਆ ਭੁਗਤ, ਅਸੀਂ ਸਾਰੇ ਗਏ ਹੋਏ ਸੀ ਵਿਆਹ 'ਤੇ, ਅਤੇ ਵਿਆਹ ਤੋਂ ਵਾਪਸੀ, ਵਿਆਹ 'ਤੇ ਜਾਣ ਦਾ ਮਜ਼ਾ ਬਹੁਤ ਆਇਆ ਕਿਉਂਕਿ ਉਹਨਾਂ ਨੇ ਪਿਆਰ ਇੰਨਾ ਕੀਤਾ, ਇੰਨੀ ਇੱਜ਼ਤ ਕੀਤੀ, ਥਾਂ ਥਾਂ 'ਤੇ ਉਹਨਾਂ ਨੇ ਪੁੱਛਿਆ ਦੱਸਿਆ। ਵੱਡੀ ਗੱਲ ਸਾਨੂੰ ਸਾਰਿਆਂ ਨੂੰ ਬੱਚਿਆਂ 'ਚ ਭਾਜੀ ਦੇ ਕੇ ਟੋਰਿਆ, ਅਤੇ ਬਹੁਤ ਵਧੀਆ ਲੱਗਾ। ਅਤੇ ਆਹ ਹੁਣ ਹਰਪ੍ਰੀਤ ਕਹਿੰਦੀ ਮੇਰੇ ਦੇ ਘਰ ਆਈਸਕ੍ਰੀਮ ਰਹਿ ਗਈ, ਵੇਖੋ ਆਈਸਕ੍ਰੀਮ ਖਾਈ ਜਾਂਦੀ ਹੈ। ਅੱਛਾ ਰੌਲਾ ਪਾ ਦੋ, ਬੜਕ ਜੀ ਮਾਰਦੇ ਹੋਣੇ ਕਿਸੇ ਵਿਆਹ।